ਚੋਰੀ ਦੀਆਂ ਵੱਖ ਵੱਖ ਤਰ੍ਹਾਂ ਕੀ ਵਾਰਦਾਤਾਂ ਸਾਹਮਣੇ ਆ ਰਹੀਆਂ, ਲੇਕਿਨ ਇੱਕ ਨਵੀਂ ਵਾਰਦਾਤ ਸਾਹਮਣੇ ਆਈ ਹੈ ਬੱਕਰੇ ਅਤੇ ਸੂਰ ਚੋਰੀ ਹੋਣ ਦੀ। ਪਹਿਲਾਂ ਤਾਂ ਘਰਾਂ 'ਚ ਚੋਰੀ ਹੁੰਦੀ, ਸੋਨੇ ਲੈ ਗਿਆ, ਗਹਿਣੇ ਲੈ ਗਏ, ਕੱਪੜੇ ਲੈ ਗਏ, ਹੋਰ ਸਮਾਨ ਜਾਂ ਨਗਦ ਰਾਸ਼ੀ ਲੈ ਗਏ, ਲੇਕਿਨ ਹੁਣ ਨਵੀਂ ਚੋਰੀ ਸਾਹਮਣੇ ਆਈ ਹੈ ਬੱਕਰੇ ਅਤੇ ਸੂਰ ਜਿਹੜੇ ਕਿ ਲੱਖਾਂ ਰੁਪਏ ਦੇ ਸੀ ਉਹ ਚੋਰੀ ਕੀ ਵਾਰਦਾਤ ਹੋਈ ਹੈ। ਸਮਾਨਾਂ ਦੇ ਨਾਲ ਲੱਗਦਾ ਗੋਬਿੰਦਗੜ ਬਸਤੀ ਹੈ, ਉੱਥੇ ਖੜੇ ਵੀਰ ਜੀ, ਤੁਸੀਂ ਕੀ ਨਾਮ ਆਪ ਜੀ ਦਾ? ਸਤਿ ਸ਼੍ਰੀ ਅਕਾਲ, ਰਾਜਵਿੰਦਰ ਸਿੰਘ ਹੈ ਜੀ ਮੇਰਾ ਨਾਮ। ਰਾਜਵਿੰਦਰ ਸਿੰਘ ਜੀ, ਤੁਸੀਂ ਇਹ ਕਰ ਰਹੇ ਹੋ ਬੱਕਰੇ ਅਤੇ ਸੂਰ ਦਾ ਕੰਮ, ਕਿਸ ਤਰ੍ਹਾਂ ਦੀ ਵਰਾਇਟੀ ਤੁਹਾਡੇ ਕੋਲ? ਇਹ ਮੇਰੇ ਕੋਲ ਜੀ ਬੀਟਲ ਅੰਮ੍ਰਿਤਸਰੀ ਪਿਓਰ ਵਰਾਇਟੀ ਹੈ ਆਪਾਂ ਰੱਖੀ ਹੋਈ ਹੈ। ਤਕਰੀਬਨ 2016 ਤੋਂ ਮੈਂ ਇਹ ਕੰਮ ਕਰ ਰਿਹਾ। ਪਹਿਲਾਂ ਮੈਂ ਪਿਗਰੀ ਦਾ ਸਟਾਰਟ ਕੀਤਾ ਸੀ ਜੀ, ਉਸ ਤੋਂ ਬਾਅਦ ਹੌਲੀ ਹੌਲੀ ਮੈਂ ਸੋਚਿਆ ਵੀ ਕੋਈ ਹੋਰ ਵੀ ਵਧਾ ਕੇ ਆਪਾਂ ਕੰਮ ਕਰੀਏ, ਕਿਉਂਕਿ ਘਰੇਲੂ ਖਰਚਿਆਂ ਹੋਣ ਕਰਕੇ ਵੀ ਕੰਮ ਕਰਨੇ ਜ਼ਰੂਰੀ ਨੇ ਨਾਲ ਇਹੋ ਜਿਹੇ। ਫਿਰ ਮੈਂ ਬੱਕਰੀਆਂ ਦਾ ਕੰਮ ਸਟਾਰਟ ਕੀਤਾ ਜੀ ਨਾਲ। ਬੱਕਰਿਆਂ ਦੀ ਤਕਰੀਬਨ ਮੈਂ ਕੁਆਲਿਟੀ ਜਿਹੜੀ ਇਹ ਆਪਣੀ A+ ਗ੍ਰੇਡ ਬਣਾਈ ਹੋਈ ਸੀ, ਜਿਹੜੇ ਮੇਰੇ ਕੋਲ ਵਧੀਆ ਅੰਮ੍ਰਿਤਸਰੀ ਬੀਟਲ ਨਸਲ ਦੇ ਵਧੀਆ ਬਰੀਡਰ ਸੀ। ਜਿਹੜੇ ਹੁਣ ਤੁਹਾਡੀ ਚੋਰੀ ਹੋਏ, ਕਿੰਨੀ ਕੀਮਤ ਦੇ ਕਿਹੜੀ ਉਹ ਬਰੀਡ ਸੀ ਜਿਹੜੀ? ਇਹ ਜਿਹੜੀ ਮੇਰੀ ਕੀਮਤ ਸੀ ਤਕਰੀਬਨ ਇੱਕ ਬੱਕਰੇ ਦੀ, ਜਿਹੜਾ ਬਰੀਡਰ ਹੈ ਜੀ ਮੇਰਾ, ਉਹ ਤਕਰੀਬਨ 1.25 ਲੱਖ ਦੀ ਕੀਮਤ ਦਾ ਇੱਕ ਬਰੀਡਰ ਸੀ ਜੀ। ਬੱਕਰੀਆਂ ਦੀ ਕੀਮਤ ਅਲੱਗ ਅਲੱਗ, ਜਿਵੇਂ ਕਿਸੇ ਦੀ 50,000, ਕਿਸੇ ਦੀ 60, 65, 70, 80 ਲੱਖ ਤੱਕ ਜਾਂਦੀ ਹੈ ਜੀ। ਬਾਕੀ ਬੱਚੇ ਦੀ ਇੱਕ ਕੀਮਤ ਸਟਾਰਟ ਹੋ ਜਾਂਦੀ ਹੈ 10 ਤੋਂ 20,000 ਰੁਪਈਆ ਜੀ। ਤੁਹਾਡੇ ਪਿੱਗ ਹੈ ਕਿਹੜੀ ਬਰੀਡ ਹੈ? ਇਹ ਆਪਣੀ ਜੀ ਇੰਗਲੈਂਡ ਦੀ ਨਿਊਯੋਰਕ ਬਰੀਡ ਹੈ ਜੀ, ਯੋਰਕਸ਼ਾਇਰ। ਇਹ ਉੱਥੋਂ ਆਪਣਾ ਸਰਕਾਰੀ ਫਾਰਮ ਤੋਂ ਲਈ ਹੋਈ ਹੈ ਜੀ, ਨਾਭੇ ਤੋਂ। ਇਹ ਆਪਾਂ ਉੱਥੋਂ ਕੰਮ ਸਟਾਰਟ ਕੀਤਾ ਸੀ ਲੈ ਕੇ। ਅਤੇ ਜਿਹੜਾ ਇਹ ਚੋਰੀ ਹੋਇਆ, ਕਿੰਨਾ ਅਨੁਸਾਰ? ਇਹ ਤਕਰੀਬਨ ਜੀ ਲਾ ਕੇ ਚੱਲੀਏ ਜੇ ਮਾਰਕੀਟ ਰੇਟ ਦੇ ਹਿਸਾਬ ਨਾਲ ਤਾਂ ਸਾਢੇ ਕੁ 4 ਲੱਖ ਰੁਪਈਏ ਦਾ ਸੂਰ ਅਤੇ ਬੱਕਰੇ ਮੇਰੇ ਚੋਰੀ ਹੋਏ। ਇੱਥੇ ਮਤਲਬ ਤੁਹਾਡੇ ਘਰ ਵੀ ਡੇਰੇ ਹੈ ਮਤਲਬ ਇੱਥੇ ਖੇਤਾਂ 'ਚ? ਸਰ ਜਦੋਂ ਆਪਾਂ ਤਕਰੀਬਨ, ਮੈਂ ਫਾਰਮ ਦੇ ਬਾਹਰ ਲਾਈਟਾਂ ਲੱਗੀਆਂ ਹੋਈਆਂ ਨੇ ਮੇਰੇ ਜੀ, ਅਤੇ ਕੈਮਰੇ ਮੇਰੇ ਘਰ ਹੀ ਲੱਗੇ ਹੋਏ ਨੇ ਤਕਰੀਬਨ, ਉੱਥੋਂ ਥੋੜ੍ਹਾ ਜਿਹਾ ਇੱਥੇ ਤੱਕ ਮਾਰ ਕਰਦੇ ਨੇ। ਜਦੋਂ ਸਵੇਰੇ ਘਰ ਦੇ ਮੇਰੇ ਉੱਠੇ ਕਿ 3 ਵਜੇ, 3:30 ਵਜੇ, ਉਹਨਾਂ ਕਿਹਾ ਵੀ ਫਾਰਮ ਦੀਆਂ ਲਾਈਟਾਂ ਬੰਦ ਨੇ, ਕੀ ਹੋਇਆ? ਮੈਂ ਉਹਦੇ ਨਾਲ ਦੇ ਨਾਲ ਭੱਜਿਆ ਆ ਕੇ ਦੇਖਿਆ ਕਿ ਜਿੰਦਰਾ ਟੁੱਟਾ ਪਿਆ ਸੀ, ਜਾਨਵਰ 2-3 ਬਾਹਰ ਲੱਗੇ ਫਿਰਦੇ ਸੀ। ਅਤੇ ਪੁਲਿਸ ਕਿਸ ਤਰ੍ਹਾਂ ਦਾ ਸਹਿਯੋਗ ਕਰੇ ਤੁਹਾਡਾ? ਪੁਲਿਸ ਪੂਰਾ ਸਹਿਯੋਗ ਦਿੱਤਾ ਜੀ, ਪੁਲਿਸ ਨੇ, HSO ਸਾਹਿਬ ਨੇ ਪੂਰਾ ਆਪਣਾ ਸਹਿਯੋਗ ਦਿੱਤਾ ਜੀ। ਸਾਰੇ ਉੱਦਣ ਦੇ ਭੱਜ ਰਹੇ ਨੇ ਜੀ, ਸਾਰੀ ਉਹਨਾਂ ਨੇ ਆਪਣੀ ਰਿਕਵਰੀ ਕਰ ਰਹੇ ਨੇ ਪੂਰੀ। ਪੁਲਿਸ ਲਗਾਤਾਰ ਜਿਹੜੇ ਕਥਿਤ ਚੋਰ ਹੈ ਜਿਨ੍ਹਾਂ ਨੇ ਬੱਕਰੇ ਅਤੇ ਪਿੱਗ ਨੂੰ ਚੋਰੀ ਕੀਤਾ ਹੈ, ਉਹਨਾਂ ਨੂੰ ਕਾਬੂ ਕਰਨ ਦੇ ਲਈ ਪੁਲਿਸ ਦਿਨ ਰਾਤ ਕੰਮ ਕਰ ਰਹੀ ਹੈ। CCTV ਦੇ ਕਰਕੇ ਹੀ ਇਹ ਚੋਰ ਕਾਬੂ ਆ ਗਏ, ਲੇਕਿਨ ਵਰਨਾ ਇਹ ਕਾਬੂ ਵੀ ਨਹੀਂ ਆਉਣੇ ਸੀ। ਇਹਨਾਂ ਦੀ ਕੀਮਤ 4.5 ਤੋਂ ਲੈ ਕੇ 5 ਲੱਖ ਦੇ ਕਰੀਬ ਹੈ, ਔਰ ਇਹ ਸਹਾਇਕ ਦਿੰਦੇ ਦੇ ਤੌਰ 'ਤੇ ਕਿਸਾਨ ਨੇ ਪਿੱਗ ਅਤੇ ਜਿਹੜੇ ਸੂਰ ਇਹ ਬੱਕਰੇ ਹੈ ਇਹ ਉਹਨਾਂ ਨੇ ਪਾਲੇ ਹੋਏ ਸੀ, ਔਰ ਪੁਲਿਸ ਜਲਦੀ 1-2 ਦਿਨ ਦੇ ਵਿੱਚ ਕਥਿਤ ਜਿਹੜੇ ਚੋਰ ਹੈ ਉਹਨਾਂ ਕਾਬੂ ਕਰੇਗੀ। ਚੋਰੀ ਦੀਆਂ ਵੱਖ ਵੱਖ ਤਰ੍ਹਾਂ ਕੀ ਵਾਰਦਾਤਾਂ ਸਾਹਮਣੇ ਆ ਰਹੀਆਂ, ਲੇਕਿਨ ਇੱਕ ਨਵੀਂ ਵਾਰਦਾਤ ਸਾਹਮਣੇ ਆਈ ਹੈ ਬੱਕਰੇ ਅਤੇ ਸੂਰ ਚੋਰੀ ਹੋਣ ਦੀ। ਪਹਿਲਾਂ ਤਾਂ ਘਰਾਂ 'ਚ ਚੋਰੀ ਹੁੰਦੀ, ਸੋਨੇ ਲੈ ਗਿਆ, ਗਹਿਣੇ ਲੈ ਗਏ, ਕੱਪੜੇ ਲੈ ਗਏ, ਹੋਰ ਸਮਾਨ ਜਾਂ ਨਗਦ ਰਾਸ਼ੀ ਲੈ ਗਏ, ਲੇਕਿਨ ਹੁਣ ਨਵੀਂ ਚੋਰੀ ਸਾਹਮਣੇ ਆਈ ਹੈ ਬੱਕਰੇ ਅਤੇ ਸੂਰ ਜਿਹੜੇ ਕਿ ਲੱਖਾਂ ਰੁਪਏ ਦੇ ਸੀ ਉਹ ਚੋਰੀ ਕੀ ਵਾਰਦਾਤ ਹੋਈ ਹੈ। ਸਮਾਨਾਂ ਦੇ ਨਾਲ ਲੱਗਦਾ ਗੋਬਿੰਦਗੜ ਬਸਤੀ ਹੈ, ਉੱਥੇ ਖੜੇ ਵੀਰ ਜੀ, ਤੁਸੀਂ ਕੀ ਨਾਮ ਆਪ ਜੀ ਦਾ? ਸਤਿ ਸ਼੍ਰੀ ਅਕਾਲ, ਰਾਜਵਿੰਦਰ ਸਿੰਘ ਹੈ ਜੀ ਮੇਰਾ ਨਾਮ। ਰਾਜਵਿੰਦਰ ਸਿੰਘ ਜੀ, ਤੁਸੀਂ ਇਹ ਕਰ ਰਹੇ ਹੋ ਬੱਕਰੇ ਅਤੇ ਸੂਰ ਦਾ ਕੰਮ, ਕਿਸ ਤਰ੍ਹਾਂ ਦੀ ਵਰਾਇਟੀ ਤੁਹਾਡੇ ਕੋਲ? ਇਹ ਮੇਰੇ ਕੋਲ ਜੀ ਬੀਟਲ ਅੰਮ੍ਰਿਤਸਰੀ ਪਿਓਰ ਵਰਾਇਟੀ ਹੈ ਆਪਾਂ ਰੱਖੀ ਹੋਈ ਹੈ। ਤਕਰੀਬਨ 2016 ਤੋਂ ਮੈਂ ਇਹ ਕੰਮ ਕਰ ਰਿਹਾ। ਪਹਿਲਾਂ ਮੈਂ ਪਿਗਰੀ ਦਾ ਸਟਾਰਟ ਕੀਤਾ ਸੀ ਜੀ, ਉਸ ਤੋਂ ਬਾਅਦ ਹੌਲੀ ਹੌਲੀ ਮੈਂ ਸੋਚਿਆ ਵੀ ਕੋਈ ਹੋਰ ਵੀ ਵਧਾ ਕੇ ਆਪਾਂ ਕੰਮ ਕਰੀਏ, ਕਿਉਂਕਿ ਘਰੇਲੂ ਖਰਚਿਆਂ ਹੋਣ ਕਰਕੇ ਵੀ ਕੰਮ ਕਰਨੇ ਜ਼ਰੂਰੀ ਨੇ ਨਾਲ ਇਹੋ ਜਿਹੇ। ਫਿਰ ਮੈਂ ਬੱਕਰੀਆਂ ਦਾ ਕੰਮ ਸਟਾਰਟ ਕੀਤਾ ਜੀ ਨਾਲ। ਬੱਕਰਿਆਂ ਦੀ ਤਕਰੀਬਨ ਮੈਂ ਕੁਆਲਿਟੀ ਜਿਹੜੀ ਇਹ ਆਪਣੀ A+ ਗ੍ਰੇਡ ਬਣਾਈ ਹੋਈ ਸੀ, ਜਿਹੜੇ ਮੇਰੇ ਕੋਲ ਵਧੀਆ ਅੰਮ੍ਰਿਤਸਰੀ ਬੀਟਲ ਨਸਲ ਦੇ ਵਧੀਆ ਬਰੀਡਰ ਸੀ। ਜਿਹੜੇ ਹੁਣ ਤੁਹਾਡੀ ਚੋਰੀ ਹੋਏ, ਕਿੰਨੀ ਕੀਮਤ ਦੇ ਕਿਹੜੀ ਉਹ ਬਰੀਡ ਸੀ ਜਿਹੜੀ? ਇਹ ਜਿਹੜੀ ਮੇਰੀ ਕੀਮਤ ਸੀ ਤਕਰੀਬਨ ਇੱਕ ਬੱਕਰੇ ਦੀ, ਜਿਹੜਾ ਬਰੀਡਰ ਹੈ ਜੀ ਮੇਰਾ, ਉਹ ਤਕਰੀਬਨ 1.25 ਲੱਖ ਦੀ ਕੀਮਤ ਦਾ ਇੱਕ ਬਰੀਡਰ ਸੀ ਜੀ। ਬੱਕਰੀਆਂ ਦੀ ਕੀਮਤ ਅਲੱਗ ਅਲੱਗ, ਜਿਵੇਂ ਕਿਸੇ ਦੀ 50,000, ਕਿਸੇ ਦੀ 60, 65, 70, 80 ਲੱਖ ਤੱਕ ਜਾਂਦੀ ਹੈ ਜੀ। ਬਾਕੀ ਬੱਚੇ ਦੀ ਇੱਕ ਕੀਮਤ ਸਟਾਰਟ ਹੋ ਜਾਂਦੀ ਹੈ 10-20,000 ਰੁਪਈਆ ਜੀ। ਤੁਹਾਡੇ ਪਿੱਗ ਹੈ ਕਿਹੜੀ ਬਰੀਡ ਹੈ? ਇਹ ਆਪਣੀ ਜੀ ਇੰਗਲੈਂਡ ਦੀ ਨਿਊਯੋਰਕ ਬਰੀਡ ਹੈ ਜੀ, ਯੋਰਕਸ਼ਾਇਰ। ਇਹ ਉੱਥੋਂ ਆਪਣਾ ਸਰਕਾਰੀ ਫਾਰਮ ਤੋਂ ਲਈ ਹੋਈ ਹੈ ਜੀ,
ਨਾਭੇ ਤੋਂ ਇਹ ਆਪਾਂ ਉੱਥੋਂ ਕੰਮ ਸਟਾਰਟ ਕੀਤਾ ਸੀ ਲੈ ਕੇ। ਅਤੇ ਜੇ ਤੁਸੀਂ ਜਿਹੜਾ ਇਹ ਚੋਰੀ ਹੋਇਆ ਕਿੰਨਾ ਕੁ ਅਨੁਸਾਰ? ਇਹ ਤਕਰੀਬਨ ਜੀ ਲਾ ਕੇ ਚੱਲੀਏ ਜੇ ਮਾਰਕੀਟ ਰੇਟ ਦੇ ਹਿਸਾਬ ਨਾਲ ਤਾਂ ਸਾਢੇ ਕੁ 4 ਲੱਖ ਰੁਪਈਏ ਦਾ ਸੂਰ ਅਤੇ ਬੱਕਰੇ ਮੇਰੇ ਚੋਰੀ ਹੋਏ। ਇੱਥੇ ਮੰਨ ਲਓ ਤੁਹਾਡੇ ਘਰ ਵੀ ਡੇਰੇ ਆ ਮੰਨ ਲਓ ਇੱਥੇ ਖੇਤਾਂ 'ਚ? ਸਰ ਜਦੋਂ ਆਪਾਂ ਤਕਰੀਬਨ ਮੈਂ ਫਾਰਮ ਦੇ ਬਾਹਰ ਲਾਈਟਾਂ ਲੱਗੀਆਂ ਹੋਈਆਂ ਨੇ ਮੇਰੇ ਜੀ, ਅਤੇ ਕੈਮਰੇ ਮੇਰੇ ਘਰ ਹੀ ਲੱਗੇ ਹੋਏ ਨੇ ਤਕਰੀਬਨ, ਉੱਥੋਂ ਥੋੜ੍ਹਾ ਜਿਹਾ ਇੱਥੇ ਤੱਕ ਮਾਰ ਕਰਦੇ ਨੇ। ਜਦੋਂ ਸਵੇਰੇ ਘਰ ਦੇ ਮੇਰੇ ਉੱਠੇ ਕਿ 3 ਕੁ ਵਜੇ, 3:30 ਵਜੇ, ਉਹਨਾਂ ਕਿਹਾ ਵੀ ਫਾਰਮ ਦੀਆਂ ਲਾਈਟਾਂ ਬੰਦ ਨੇ, ਕੀ ਹੋਇਆ? ਮੈਂ ਉਹਦੇ ਨਾਲ ਦੇ ਨਾਲ ਭੱਜਿਆ ਆ ਕੇ ਦੇਖਿਆ ਕਿ ਜਾਂਦਰਾ ਟੁੱਟਾ ਪਿਆ ਸੀ, ਜਾਨਵਰ 2-3 ਬਾਹਰ ਲੱਗੇ ਫਿਰਦੇ ਸੀ। ਅਤੇ ਪੁਲਿਸ ਕਿਸ ਤਰ੍ਹਾਂ ਸਹਿਯੋਗ ਕਰੀ ਤੁਹਾਡਾ? ਪੁਲਿਸ ਪੂਰਾ ਸਹਿਯੋਗ ਦਿੱਤਾ ਜੀ, ਪੁਲਿਸ ਨੇ HSO ਸਾਹਿਬ ਨੇ ਪੂਰਾ ਆਪਣਾ ਸਹਿਯੋਗ ਦਿੱਤਾ ਜੀ। ਸਾਰੇ ਉੱਦਣ ਦੇ ਭੱਜ ਰਹੇ ਨੇ ਜੀ, ਸਾਰੀ ਉਹਨਾਂ ਨੇ ਆਪਣੀ ਰਿਕਵਰੀ ਕਰ ਰਹੇ ਨੇ ਪੂਰੀ। ਪੁਲਿਸ ਲਗਾਤਾਰ ਜਿਹੜੇ ਕਥਿਤ ਚੋਰ ਹੈ ਜਿਨ੍ਹਾਂ ਨੇ ਬੱਕਰੇ ਅਤੇ ਪਿੱਗ ਨੂੰ ਚੋਰੀ ਕੀਤਾ ਹੈ, ਉਹਨਾਂ ਨੂੰ ਕਾਬੂ ਕਰਨ ਦੇ ਲਈ ਪੁਲਿਸ ਦਿਨ ਰਾਤ ਕੰਮ ਕਰ ਰਹੀ ਹੈ। CCTV ਦੇ ਕਰਕੇ ਹੀ ਇਹ ਚੋਰ ਕਾਬੂ ਆ ਗਏ, ਲੇਕਿਨ ਵਰਨਾ ਇਹ ਕਾਬੂ ਵੀ ਨਹੀਂ ਆਉਣੇ ਸੀ। ਇਹਨਾਂ ਦੀ ਕੀਮਤ 4.5 ਤੋਂ ਲੈ ਕੇ 5 ਲੱਖ ਦੇ ਕਰੀਬ ਹੈ, ਔਰ ਇਹ ਸਹਾਇਕ ਦਿੰਦੇ ਕੇ ਤੌਰ 'ਤੇ ਕਿਸਾਨ ਨੇ ਪਿੱਗ ਅਤੇ ਇਹ ਸੂਰ ਇਹ ਬੱਕਰੇ ਹੈ ਇਹ ਉਹਨਾਂ ਨੇ ਪਾਲੇ ਹੋਏ ਸੀ, ਔਰ ਪੁਲਿਸ ਜਲਦੀ 1-2 ਦਿਨ ਦੇ ਵਿੱਚ ਕਥਿਤ ਜਿਹੜੇ ਚੋਰ ਹੈ ਉਹਨਾਂ ਕਾਬੂ ਕਰੇਗੀ।